ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਿਮਰਨਜੀਤ ਕੌਰ ਸਵਾਗਤ ਕਰਦੀ ਹਾਂ। ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਕਈ ਖਬਰਾਂ ਲੈ ਕੇ ਹਾਜ਼ਰ ਹਾਂ, ਜਿਨ੍ਹਾਂ 'ਤੇ ਅਸੀਂ ਚਰਚਾ ਕਰਾਂਗੇ। ਚਰਚਾ ਕਰਨ ਲਈ ਸਾਡੇ ਨਾਲ ਰੋਜ਼ ਦੀ ਤਰ੍ਹਾਂ ਮੌਜੂਦ ਹਨ ਪਹਿਰੇਦਾਰ ਅਖਬਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਕੀ ਫਤਿਹ। ਫਤਿਹ ਵੀਰ ਜੀ, ਅੱਜ ਦੀ ਜਿਹੜੀ ਮੇਨ ਖਬਰ ਹੈ ਇਹ ਔਰਤਾਂ ਤੋਂ ਰਿਲੇਟਡ ਹੈ, ਪਰ ਇਹ ਖਬਰ ਇਦਾਂ ਦੀ ਹੈ ਕਿ ਅੱਜ ਹੈਰਾਨੀ ਵੀ ਹੋ ਰਹੀ ਹੈ ਤੇ ਉਤਸ਼ਾਹ ਵੀ ਹੋ ਰਿਹਾ ਕਿ ਔਰਤ ਹੁਣ ਕਿਸੇ ਵੀ ਖੇਤਰ ਦੇ ਵਿੱਚ ਪਿੱਛੇ ਨਹੀਂ ਰਹੀ। ਖਬਰ ਇਹ ਹੈ ਕਿ ਜਿਹੜੇ ਹੁਣ ਪੰਜਾਬ ਦੇ ਠੇਕੇ ਨੇ 31 ਮਾਰਚ ਨੂੰ ਖਤਮ ਹੋ ਜਾਣੇ ਆ, ਨਵੇਂ ਸਿਰੇ ਤੋਂ ਸ਼ੁਰੂ ਹੋਣਗੇ, ਤੇ ਉਹਨਾਂ ਦੀ ਐਪਲੀਕੇਸ਼ਨ ਦੇ ਵਿੱਚ ਔਰਤਾਂ ਨੇ ਵੀ ਪਾਰਟਿਸਿਪੇਟ ਕੀਤਾ ਆ, ਮਤਲਬ ਉਤਸ਼ਾਹ ਦਿਖਾਇਆ ਹੈ ਕਿ ਹਾਂ ਉਹ ਵੀ ਲੈਣਾ ਚਾਹੁੰਦੇ ਆ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਪਹਿਲਾਂ ਜਿਹੜੀ ਤੁਸੀਂ ਗੱਲ ਕੀਤੀ ਆ, ਪਰਮਾਤਮਾ ਕਰੇ ਵੀ ਇਸ ਖੇਤਰ ਦੇ ਵਿੱਚ ਔਰਤਾਂ ਨੇ ਜਿਹੜੀਆਂ ਜਿਹੜਾ ਨਸ਼ਿਆਂ ਵਾਲੀ ਅਸੀਂ ਗੱਲ ਕਰ ਰਹੇ ਹਾਂ ਅਤੇ ਉਹਦੇ 'ਚ ਪਰਮਾਤਮਾ ਮਿਹਰ ਰੱਖੇ, ਪਰੰਤੂ ਉੱਥੋਂ ਤੱਕ ਵਪਾਰ ਵਾਲੀ ਗੱਲ ਆ ਉਹਦੇ ਵਿੱਚ ਮੈਂ ਸਮਝਦਾ ਕਿ ਕੋਈ ਮਾੜੀ ਗੱਲ ਨਹੀਂ ਕਿ ਜੇ ਉਹ ਸ਼ਰਾਬ ਦੇ ਵਪਾਰ ਦੇ ਵਿੱਚ ਆ ਰਹੀਆਂ ਨੇ। ਹੁਣ ਜਿਹੜਾ ਤੁਸੀਂ ਸਵਾਲ ਕੀਤਾ ਕਿ ਜਿਹੜਾ ਸ਼ਰਾਬ ਦੇ ਠੇਕੇ ਨਿਲਾਮ ਹੋ ਰਹੇ ਨੇ, ਅੱਜ ਲੁਧਿਆਣੇ ਵੀ ਹੋਏ ਨੇ, ਮੋਗੇ ਜ਼ਿਲ੍ਹੇ 'ਚ ਵੀ ਹੋਏ ਨੇ, ਕੱਲ੍ਹ ਅੰਮ੍ਰਿਤਸਰ ਹੋਏ ਨੇ, ਸੋ ਸਾਰੇ ਜ਼ਿਲ੍ਹਿਆਂ 'ਚ ਵੱਖੋ ਵੱਖਰੀ ਥਾਂ ਠੇਕੇ ਨੇ ਜਿਹੜੇ ਉਹ ਨਵੇਂ ਸਾਲ ਲਈ 1 ਅਪ੍ਰੈਲ ਤੋਂ ਅਗਲੇ 31 ਮਾਰਚ ਤੱਕ ਲਈ ਠੇਕੇ ਆ ਜਿਹੜੇ ਉਹ ਨਿਲਾਮ ਹੋ ਰਹੇ ਨੇ। ਪੰਜਾਬ ਸਰਕਾਰ ਨੇ ਮਤਲਬ 6,000 ਕਰੋੜ ਰੁਪਈਏ ਦਾ ਅੰਦਾਜ਼ਾ ਲਾਇਆ ਹੋਇਆ ਕਿ ਇਹਨਾਂ ਠੇਕਿਆਂ ਦੀ ਨਿਲਾਮੀ ਤੋਂ ਉਹਨੂੰ 6,000 ਕਰੋੜ ਰੁਪਈਆ ਜਿਹੜਾ ਉਹ ਪੈਸਾ ਜਿਹੜਾ ਉਹ ਆਊਗਾ ਖਜ਼ਾਨੇ 'ਚ। ਦੂਜੇ ਪਾਸੇ ਇਹਨਾਂ ਨੇ ਇਸ ਵਾਰ ਜਿਹੜੇ ਗਰੁੱਪ ਸੀ, ਅੱਗੇ ਵੱਡੇ ਗਰੁੱਪ ਬਣਾਏ ਜਾਂਦੇ ਸੀ, ਇਸ ਵਾਰੀ ਛੋਟੇ ਗਰੁੱਪ ਕੀਤੇ ਨੇ ਇਹਨਾਂ ਨੇ, 800 ਗਰੁੱਪ ਆ ਜਿਹੜਾ ਉਹਨਾਂ ਦੇ ਵਿੱਚ ਠੇਕਿਆਂ ਦੀ ਨਿਲਾਮੀ ਹੋਣੀ ਆ, ਅਤੇ ਉਹਦੇ ਲਈ ਅਰਜ਼ੀਆਂ ਮੰਗੀਆਂ ਗਈਆਂ। ਅਰਜ਼ੀ ਦੀ ਜਿਹੜੀ ਫੀਸ ਆ ਉਹਦੇ ਤੋਂ ਵੀ ਮਤਲਬ ਸਰਕਾਰ ਨੇ ਮਤਲਬ 80 ਕਰੋੜ ਰੁਪਈਆ ਜਿਹੜਾ ਸਿਰਫ ਅਰਜ਼ੀਆਂ ਦੀ ਫੀਸ ਤੋਂ ਆਇਆ। ਤਕਰੀਬਨ 3800 ਅਰਜ਼ੀਆਂ ਨੇ ਜਿਹੜੀਆਂ, 4,000 ਦੇ ਲਗਭਗ ਅਰਜ਼ੀਆਂ ਉਹ ਸਮੁੱਚੇ ਪੰਜਾਬ ਦੇ ਵਿੱਚੋਂ ਠੇਕਿਆਂ ਦੀ ਨਿਲਾਮੀ ਲਈ ਆਈਆਂ ਨੇ। ਹੁਣ ਜਿਹੜਾ ਸਵਾਲ ਤੁਸੀਂ ਕੀਤਾ ਕਿ ਉਸ ਦੇ ਵਿੱਚ ਇਸ ਵਾਰ ਪਹਿਲੀ ਵਾਰ ਆ ਕਿ ਔਰਤਾਂ ਵੱਲੋਂ ਜਿਹੜੀਆਂ ਅਰਜ਼ੀਆਂ ਦਿੱਤੀਆਂ ਗਈਆਂ ਨੇ ਉਹਨਾਂ ਦੀ ਗਿਣਤੀ ਆ ਜਿਹੜੀ ਉਹ ਪਹਿਲਾਂ ਨਾਲੋਂ ਕਿਤੇ ਵੱਧ ਆ। ਇਹ ਪਹਿਲੀ ਵਾਰ ਨਹੀਂ ਹੋਇਆ, ਅੱਗੇ ਵੀ ਔਰਤਾਂ ਅਰਜ਼ੀ ਤਾਂ ਦਿੰਦੀ ਰਹੀਆਂ ਨੇ, ਪਰੰਤੂ ਇਸ ਵਾਰ ਜਿਹੜਾ ਮਤਲਬ ਉਹਨਾਂ ਦੀ ਜਿਹੜੀ ਸ਼ਮੂਲੀਅਤ ਆ, ਅਰਜ਼ੀਆਂ ਦੀ ਗਿਣਤੀ ਆ, ਉਹ ਬਹੁਤ ਜ਼ਿਆਦਾ ਵਾ। ਜਿਵੇਂ ਅਸੀਂ ਜਿਹੜਾ ਚੱਡਾ ਗਰੁੱਪ ਹੈ, ਉਸ ਚੱਡੇ ਗਰੁੱਪ ਦੇ ਵਿੱਚੋਂ ਜਿਹੜੀ ਜਸਦੀਪ ਕੌਰ ਆ, ਜਿਹੜੀ ਹਰਵਿੰਦਰ ਸਿੰਘ ਸ਼ਰਨਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਆ, ਉਹਨਾਂ ਦੀ ਉਹ ਬੇਟੀ ਆ ਅਤੇ ਚੱਡੇ ਪਰਿਵਾਰ ਦੀ ਨੂੰਹ ਆ, ਸੋ ਉਹਦੇ ਵੱਲੋਂ ਵੀ ਮਤਲਬ ਇਸੇ ਤਰ੍ਹਾਂ ਜਿਹੜਾ ਦੀਪ ਮਲਹੋਤਰਾ ਵਾ ਆਪਣੇ ਇੱਥੇ ਫਰੀਦਕੋਟ ਤੋਂ, ਉਹਦੀ ਪਤਨੀ ਵੱਲੋਂ ਵੀ, ਅਤੇ ਇਹ ਸਾਰਾ ਕੁਝ ਆ ਜਿਹੜਾ ਮੰਨ ਕੇ ਅਸੀਂ ਜਿਹੜਾ ਸਾਡੇ ਸਾਹਮਣੇ ਆਇਆ ਕਿ ਜਿਹੜੀਆਂ 3800 ਅਰਜ਼ੀਆਂ ਆਈਆਂ ਨੇ ਉਹਦੇ ਵਿੱਚ ਤਕਰੀਬਨ ਜਿਹੜਾ ਔਰਤਾਂ ਵੱਲੋਂ ਅਰਜ਼ੀਆਂ ਆਈਆਂ ਉਹ 1400 ਦੇ ਕਰੀਬ ਆ। ਜੀ ਬਿਲਕੁਲ, 1400 ਨਹੀਂ 2400 ਦੇ ਕਰੀਬ ਆ, ਕਿਉਂਕਿ 1034 ਅਰਜ਼ੀ ਆ ਜਿਹੜੀ ਤਾਂ ਇਕੱਲੀ ਚੱਡਾ ਗਰੁੱਪ ਦੀ ਆ, ਇਸੇ ਤਰ੍ਹਾਂ 632 ਅਰਜ਼ੀਆਂ ਨੇ ਜਿਹੜੀਆਂ ਉਹ ਜਿਹੜੀ ਆਪਣੇ ਦੀਪ ਮਲਹੋਤਰਾ ਵਾ ਉਹਦੀ ਵਾਹੀ ਵੱਲੋਂ, ਸੋ 2400 ਦੇ ਕਰੀਬ ਤਕਰੀਬਨ ਅੱਧੀਆਂ ਅਰਜ਼ੀਆਂ ਜਿਹੜੀਆਂ ਉਹ ਔਰਤਾਂ ਵੱਲੋਂ ਨੇ। ਸੋ ਇਹ ਇੱਕ ਜਿਹੜੀ ਨਵਾਂ ਪਿਰਤ ਆਈ ਆ, ਨਵਾਂ ਰੁਝਾਨ ਆਇਆ ਕਿ ਜਿਹੜਾ ਸ਼ਰਾਬ ਵਾਲਾ ਵਪਾਰ ਆ, ਮਤਲਬ ਅਸੀਂ ਮਤਲਬ ਇਹ ਗੱਲ ਪੰਜਾਬ ਦੀ ਧਰਤੀ 'ਤੇ ਘੱਟੋ ਘੱਟ ਸਾਡੀ ਮਤਲਬ ਉਹਦੇ ਤੋਂ ਬਾਹਰ ਸੀ ਕਿ ਔਰਤਾਂ ਵੀ ਇਹੋ ਜਿਹੇ ਖੇਤਰ ਦੇ ਵਿੱਚ ਆ ਜਾਣਗੀਆਂ।
ਸੋ ਔਰਤਾਂ ਨੇ ਜਿਹੜੀਆਂ ਸ਼ਰਾਬ ਦੇ ਜਿਹੜਾ ਵਪਾਰ ਆ ਉਹਦੇ ਵਿੱਚ ਜਿਹੜਾ ਉਹਨਾਂ ਨੇ ਕਦਮ ਧਰਿਆ, ਭਾਵੇਂ ਕਿ ਉਹਨਾਂ ਦੀ ਜਿਹੜੀ ਸਿੱਧੀ ਸ਼ਮੂਲੀਅਤ ਆ ਅਸੀਂ ਸਮਝ ਸਕਦੇ ਹਾਂ ਕਿ ਉਹ ਉਸ ਰੂਪ 'ਚ ਨਹੀਂ ਹੁੰਦੀ, ਪਰੰਤੂ ਜਿਵੇਂ ਹੁੰਦਾ ਕਿ ਔਰਤਾਂ ਦੇ ਲਈ ਉਹ ਉਹਦੇ 'ਚ ਪਹਿਲ ਬਣ ਜਾਣੀਆਂ ਕੁਛ ਹੋ ਜਾਣੀਆਂ, ਉਸ ਕਾਰਨ ਜਿਹੜਾ ਉਹਨਾਂ ਦੇ ਪਰਿਵਾਰ ਨੇ ਉਹ ਔਰਤਾਂ ਦੇ ਨਾਮ 'ਤੇ, ਹੁਣ ਕਦੇ ਤਾਂ ਮੈਂ ਸਮਝਦਾ ਕਿ ਇਸ ਗੱਲ ਨੂੰ ਸ਼ਾਇਦ ਗਾਲ ਵਾਂਗੂ ਸਮਝਿਆ ਜਾਂਦਾ ਸੀ ਕਿ ਸਾਡੀ ਔਰਤ ਆ ਜਿਹੜੀ ਉਹਦੇ ਨਾਂ 'ਤੇ ਸ਼ਰਾਬ ਦਾ ਠੇਕਾ ਜਿਹੜਾ ਉਹ ਲਈਏ, ਪਰੰਤੂ ਹੁਣ ਉਹ ਸਮਾਂ ਜਿਹੜਾ ਦੂਰ ਚਲਿਆ ਗਿਆ, ਜਿੱਥੇ ਕਿਸੇ ਨੂੰ ਮਤਲਬ ਲਾਭ ਮਿਲਦਾ ਲਾਹਾ ਮਿਲਦਾ ਉੱਥੇ ਉਹ ਔਰਤ ਦਾ ਨਾਮ ਆ ਜਿਹੜਾ ਉਹ ਵਰਤਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ। ਜੀ ਵੀਰ ਜੀ, ਵੈਸੇ ਤਾਂ ਪੰਜਾਬ ਪਹਿਲਾਂ ਹੀ ਨਸ਼ਿਆਂ ਕਰਕੇ ਬਹੁਤ ਜ਼ਿਆਦਾ ਸੁਰਖੀਆਂ 'ਚ ਰਹਿੰਦਾ ਆ, ਬਟ ਜੇ ਔਰਤਾਂ ਇਸ ਫੀਲਡ ਦੇ ਵਿੱਚ ਵੀ ਆ ਜਾਂਦੀਆਂ ਨੇ, ਕੀ ਆਪਣਾ ਪੰਜਾਬੀ ਕਲਚਰ ਜਿਹੜਾ ਆਪਣੀ ਪੰਜਾਬੀ ਸੋਸਾਇਟੀ ਹੈ ਉਹਦੇ ਉੱਤੇ ਕੋਈ ਹਾਨੀਕਾਰਕ ਇਫੈਕਟ ਪੈਣਗੇ? ਕੋਈ ਬਾਤ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਵਾ। ਅਸੀਂ ਹੁਣ ਦੇਖਦੇ ਹਾਂ ਕਿ ਜਿਹੜੇ ਵੱਡੇ ਮਹਾਨਗਰ ਨੇ ਉਹਨਾਂ ਦੇ ਵਿੱਚ ਜਿਹੜੀਆਂ ਔਰਤਾਂ ਨੇ ਕਿੱਟੀ ਪਾਰਟੀ ਆ, ਉੱਥੇ ਉਹ ਹਾਰਡਵੇਅਰ ਜਾਂ ਸੋਫਟਵੇਅਰ ਇਸ ਤਰ੍ਹਾਂ ਦੀ ਗੱਲ ਆ ਜਿਹੜੀ ਉਹ ਆਮ ਪ੍ਰਚਲਿਤ ਹੋ ਗਈ ਆ, ਕਲੱਬਾਂ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਆ ਜਿਹੜੀ ਉਹ ਪ੍ਰਚਲਿਤ ਹੋ ਗਈ ਆ। ਮਤਲਬ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਅੱਗੇ ਜਿਹੜਾ ਮਤਲਬ ਇਹ ਖੇਤਰ ਆ ਜਿਹੜਾ ਖਾਸ ਕਰਕੇ ਸ਼ਰਾਬ ਜਾਂ ਨਸ਼ਿਆਂ ਵਾਲਾ ਖੇਤਰ ਆ ਜਿਹੜਾ ਇਹਦੇ ਵਿੱਚ ਔਰਤਾਂ ਦੀ ਜਿਹੜੀ ਹਿੱਸੇਦਾਰੀ ਆ ਉਹਨੂੰ ਮਤਲਬ ਚੰਗਾ ਨਹੀਂ ਸੀ ਮੰਨਿਆ ਜਾਂਦਾ, ਪਰੰਤੂ ਹੁਣ ਕਿਉਂਕਿ ਉਸ ਪਾਸੇ ਗੱਲ ਤੁਰ ਪਈ ਆ, ਦੇਖਾ ਦਿਖਾਈ ਜਿਹੜੀ ਇਹ ਔਰਤਾਂ ਵੱਲੋਂ ਜਿਹੜਾ ਨਸ਼ਿਆਂ ਦਾ ਸੇਵਨ ਆ ਸਾਡੇ ਲਈ ਮਤਲਬ ਇੱਕ ਇਹ ਪੰਜਾਬ ਵਾਸੀਆਂ ਦੇ ਲਈ ਸ਼ਰਮ ਵਾਲੀ ਗੱਲ ਵੀ ਆ, ਚਿੰਤਾਜਨਕ ਵੀ ਆ, ਦੁਖਦਾਈ ਵੀ ਆ ਕਿ ਜਿਹੜੇ ਨਵੇਂ ਸਰਵੇ ਸਾਡੇ ਸਾਹਮਣੇ ਆਏ ਆ ਉਹ ਇਹ ਕਹਿੰਦੇ ਨੇ ਕਿ 13% ਜਿਹੜੀਆਂ ਸਾਡੀਆਂ ਨੌਜਵਾਨ ਧੀਆਂ ਨੇ ਅੱਜ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਸ਼ਿਆਂ ਦੀ ਆਦੀ ਹੋ ਚੁੱਕੀਆਂ ਨੇ। ਸੋ ਜਿਵੇਂ ਮਤਲਬ ਆਹ ਹੁਣ ਸਾਡੇ ਸਾਹਮਣੇ ਗੱਲਾਂ ਆ ਗਈਆਂ ਨੇ ਕਿ ਔਰਤਾਂ ਨੇ ਜਿਹੜੀਆਂ ਉਹ ਇਸ ਵਪਾਰ ਦੇ ਵਿੱਚ ਆ ਰਹੀਆਂ ਨੇ, ਜਾਂ ਹੁਣ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜੇ ਮੈਰਿਜ ਪੈਲਸ ਨੇ ਉੱਥੇ ਜਿਹੜੀ ਉਹ ਸ਼ਰਾਬ ਵਰਤਾਈ ਜਾਂਦੀ ਆ, ਉਹ ਜਿਹੜੀਆਂ ਕੁੜੀਆਂ ਬੇਟਰ ਹੁੰਦੀਆਂ ਨੇ ਉਹਨਾਂ ਵੱਲੋਂ ਵਰਤਾਈ ਜਾਂਦੀ। ਸੋ ਇਹ ਇੱਕ ਸਾਡੇ ਸਮਾਜ ਦਾ ਵਰਤਾਰਾ ਨਹੀਂ ਸੀ ਇਹ ਘੱਟੋ ਘੱਟ, ਭਾਵੇਂ ਕਿ ਅਸੀਂ ਇਹਨੂੰ ਮਤਲਬ ਜਿਹੜਾ ਮਾਹੌਲ ਦੇ ਵਿੱਚ ਤਬਦੀਲੀ ਆਈ ਆ ਉਹਦੇ ਨਾਲ ਜੋੜ ਕੇ ਦੇਖਦੇ ਹਾਂ, ਪਰੰਤੂ ਜਿਵੇਂ ਮੈਂ ਪਹਿਲਾਂ ਗੱਲ ਕਹੀ ਆ ਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ, ਜਦੋਂ ਹੌਲੀ ਹੌਲੀ ਕਰਕੇ ਔਰਤਾਂ ਇਸ ਪਾਸੇ ਤੁਰਦੀਆਂ ਨੇ ਅਤੇ ਉਹ ਜਿਹੜਾ ਹੁਣ ਅੱਜ ਅਸੀਂ ਗੱਲ ਕੀਤੀ ਆ ਕਿ ਫਿਰ ਉਹ ਨਸ਼ਿਆਂ ਵਾਲੇ ਪਾਸੇ, ਨਸ਼ਿਆਂ ਦੇ ਸੇਵਨ ਵਾਲੇ ਪਾਸੇ ਵੀ ਤੁਰਦੀਆਂ ਨੇ। ਜੀ ਵੀਰ ਜੀ, ਇਸ ਚੀਜ਼ ਤੋਂ ਔਰਤਾਂ ਦਾ ਵਧੀਆ ਪੱਖ ਘੱਟ ਤੇ ਮਾੜਾ ਪੱਖ ਥੋੜਾ ਜਿਹਾ ਜ਼ਿਆਦਾ ਆਪਾਂ ਜੇ ਬੈਲੈਂਸ ਕਰਕੇ ਚੱਲੀਏ ਹੋ ਸਕਦਾ ਹੈ। ਕੁਦਰਤੀ ਆ ਕਿ ਇਹ ਜਿਹੜਾ ਮਤਲਬ ਇਹ ਪੱਖ ਆ ਜਿਹੜਾ ਨਸ਼ੇ ਵਾਲਾ ਪੱਖ ਆ ਜਿਹੜਾ, ਭਾਵੇਂ ਕਿ ਚਲੋ ਸਰਕਾਰਾਂ ਨੇ ਜਿਹੜੀਆਂ ਉਹ ਉਹਨਾਂ ਨੇ ਆਪਣੇ ਇਹਨਾਂ ਨੂੰ ਖਜ਼ਾਨਾ ਭਰਨ ਦਾ ਜ਼ਰੀਆ ਬਣਾ ਲਿਆ, ਪਰੰਤੂ ਨਸ਼ੇ ਵਾਲਾ ਪੱਖ ਆ ਜਿਹੜਾ ਉਹ ਸਮਾਜ ਲਈ ਕਿਸੇ ਵੀ ਤਰ੍ਹਾਂ ਲਾਹੇਵੰਦਾ ਨਹੀਂ, ਖਾਸ ਕਰਕੇ ਜਿਹੜਾ ਔਰਤਾਂ ਦਾ ਇਸ ਧੰਦੇ ਦੇ ਵਿੱਚ ਆਉਣਾ, ਮੈਂ ਸਮਝਦਾ ਕਿ ਉਹ ਉਸ ਤੋਂ ਵੱਧ ਮਾੜਾ। ਜੀ ਪਹਿਲਾਂ ਕਾਂਗਰਸ ਸਰਕਾਰ ਨੇ ਸ਼ਰਾਬੀਆਂ ਨੂੰ ਤੋਹਫ਼ਾ ਦਿੱਤਾ ਅਤੇ ਦੂਜੀ ਸ਼ਰਾਬ ਤੋਂ ਰਿਲੇਟਡ ਆਹ ਘਟਨਾ ਥੋੜ੍ਹੀ ਜਿਹੀ ਚਿੰਤਾਜਨਕ ਹੈ। ਚਲੋ ਆਪਾਂ ਦੂਜੇ ਮੁੱਦੇ 'ਤੇ ਚੱਲਦੇ ਹਾਂ। ਵੀਰ ਜੀ, ਢਿੰਡਰੀਆਂ ਵਾਲਿਆਂ ਦੇ ਜਿਹੜੇ ਦੀਵਾਨ ਨੇ ਉਹ ਇੱਕ ਜਗ੍ਹਾ ਰੱਦ ਕੀਤੇ ਗਏ ਨੇ, ਕੀ ਇਹ ਆਖਿਰ ਦੇ ਵਿੱਚ ਸਿੱਖ ਕੌਮ ਦੇ ਵਿੱਚ ਭਰਾ ਮਾਰੂ ਜੰਗ ਸ਼ੁਰੂ ਹੋ ਚੁੱਕੀ ਹੈ? ਬਿਲਕੁਲ, ਜਿਹੜੀ ਇਹ ਇਸ ਤਰ੍ਹਾਂ ਦੀਆਂ ਜਦੋਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਧਾਰਮਿਕ ਦੀਵਾਨ ਮਤਲਬ ਜਿੱਥੇ ਗੁਰੂ ਦੀ ਉਸਤਤ ਕੀਤੀ ਜਾਣੀ ਆ, ਜਿੱਥੇ ਗੁਰਮਤਿ ਦੀ ਗੱਲ ਕੀਤੀ ਜਾਣੀ ਆ, ਮਤਲਬ ਉਹ ਦੀਵਾਨ ਲਾਉਣ ਦੇ ਲਈ ਜਾਂ ਹਟਾਉਣ ਦੇ ਲਈ ਅਸੀਂ ਅੱਜ ਅਰਜ਼ੀਆਂ ਚੱਕ ਕੇ ਜਿਹੜੇ ਸਰਕਾਰੀ ਦਰਬਾਰੇ ਤੁਰੇ ਫਿਰਦੇ ਹਾਂ, ਕੋਈ DC ਕੋਲ ਤੁਰਿਆ ਫਿਰਦਾ, ਕੋਈ SSP ਕੋਲ ਤੁਰਿਆ ਫਿਰਦਾ, ਅਸੀਂ ਆਹ ਦੀਵਾਨ ਲੱਗਣ ਨਹੀਂ ਦੇਣੇ, ਅਸੀਂ ਆਹ ਦੀਵਾਨ ਲਾਉਣੇ ਨੇ। ਮਤਲਬ ਕੌਮ ਕਿੱਥੇ ਆ ਕੇ ਖੜ ਗਈ ਆ ਕਿ
ਧਾਰਮਿਕ ਦੀਵਾਨ ਨੇ ਜਿਹੜੇ ਅਸੀਂ ਅੱਜ ਉਹ ਵੀ ਮਤਲਬ ਸਰਕਾਰੇ ਦੁਆਰੇ ਉਹਨਾਂ ਨੂੰ ਲੈ ਗਏ ਆ ਕਿ ਅਸੀਂ ਲਾਉਣ ਦੇਣੇ ਆ ਕਿ ਨਹੀਂ ਲਾਉਣ ਦੇਣੇ। ਠੀਕ ਹੈ ਕਿ ਵਿਚਾਰਧਾਰਕ ਮਤਭੇਦ ਨੇ ਜਿਹੜੇ ਉਹ ਇਸ ਵੇਲੇ ਕੌਮ ਦੇ ਵਿੱਚ, ਇਹ ਜਿਹੜਾ ਇੱਕ ਮਿਸ਼ਨਰੀ ਵਰਗ ਆ ਗਿਆ, ਦੂਜੇ ਪਾਸੇ ਜਿਹੜਾ ਟਕਸਾਲ ਆ ਗਈ ਜਾਂ ਜੀ ਇਸ ਤਰ੍ਹਾਂ ਦੀ ਹੋਰ ਸੰਪਰਦਾਵਾਂ ਨੇ, ਸੰਤ ਜੀ ਸਮਾਜ ਆ ਗਿਆ, ਉਹਨਾਂ ਦੇ ਵਿੱਚ ਇੱਕ ਵਿਚਾਰਧਾਰਾ ਦਾ ਇੱਕ ਬਹੁਤ ਵੱਡਾ ਖਾਪਾ ਜਿਹੜਾ ਉਹ ਦਿਖਾਈ ਦਿੰਦਾ। ਪਰੰਤੂ ਵਿਚਾਰਧਾਰਕ ਜਿਹੜੀ ਮਤਭੇਦ ਹੋਣੇ ਆ ਜਿਹੜੇ, ਇਹ ਕੋਈ ਮਾੜੀ ਗੱਲ ਨਹੀਂ ਹੈ। ਜਿਉਂਦੀਆਂ ਜਾਗਦੀਆਂ ਕੌਮਾਂ ਦੀ ਨਿਸ਼ਾਨੀ ਹੁੰਦੀ ਆ, ਮੇਰੇ ਆਪਣੇ ਵਿਚਾਰ ਆ, ਤੇਰੇ ਆਪਣੇ ਜੀ ਵਿਚਾਰ ਆ। ਸੋ ਇਹਨੂੰ ਮੈਂ ਸਮਝਦਾ ਕਿ ਜੇ ਸਾਡੇ 'ਚ ਕੋਈ ਵਿਚਾਰਕ ਮਤਭੇਦ ਨੇ, ਉਹ ਕੋਈ ਮਾੜੀ ਗੱਲ ਨਹੀਂ। ਪਰੰਤੂ ਵਿਚਾਰਧਾਰਕ ਜਿਹੜੇ ਸਾਡੇ ਮਤਭੇਦ ਨੇ, ਉਹਨਾਂ ਨੂੰ ਸੁਲਝਾਉਣ ਦਾ ਜਿਹੜਾ ਸਾਡਾ ਤੰਗ ਤਰੀਕਾ, ਇਹ ਬੇਹੱਦ ਮਾੜਾ ਜੀ। ਅਤੇ ਸਾਡੇ ਲਈ ਤਾਂ ਇਹ ਹੈ ਕਿ ਬੰਦੇ ਨੇ ਜਿਹੜੇ ਉਹ ਸਿਰ ਜੋੜ ਕੇ ਬੈਠਣ, ਵਿਚਾਰ ਚਰਚਾ ਕੀਤੀ ਜਾਵੇ ਕਿ ਆਹ ਗੱਲ ਆ, ਇਹ ਗੁਰਬਾਣੀ ਸਿਧਾਂਤਾਂ ਤੋਂ ਉਲਟਾ, ਆਹ ਗੱਲ ਆ ਜਿਹੜੀ ਇਹ ਗੁਰਬਾਣੀ ਸਿਧਾਂਤਾਂ ਦੇ ਅਨੁਸਾਰ ਆ, ਜਿਹੜੀ ਗੁਰਬਾਣੀ ਸਿਧਾਂਤਾਂ ਤੋਂ ਉਲਟਾ ਉਹ ਗੱਲ ਛੱਡ ਦਿੱਤੀ ਜਾਵੇ, ਕਰਨ ਵਾਲਾ ਵੀ ਉਸ ਗੱਲ ਨੂੰ ਮੰਨੇ ਕਿ ਠੀਕ ਆ, ਮੈਂ ਇਸ ਗੱਲ 'ਤੇ ਗਲਤ ਹਾਂ, ਮੈਂ ਅੱਜ ਤੋਂ ਬਾਅਦ ਇਸ ਪਾਸੇ ਨਹੀਂ ਤੁਰਦਾ। ਅਤੇ ਜਿਹੜਾ ਬੰਦਾ ਗੁਰਬਾਣੀ ਸਿਧਾਂਤਾਂ ਦੀ ਗੱਲ ਕਰਦਾ ਪਰੰਤੂ ਦੂਜੇ ਉਹਦਾ ਵਿਰੋਧ ਕਰਦੇ ਨੇ, ਉਹਨਾਂ ਨੂੰ ਵੀ ਇਹ ਮੰਨਣਾ ਚਾਹੀਦਾ ਕਿ ਨਹੀਂ, ਇਹ ਗੁਰਬਾਣੀ ਸਿਧਾਂਤਾਂ ਅਨੁਸਾਰ ਅਸੀਂ ਇਹਦਾ ਵਿਰੋਧ ਆ ਜਿਹੜਾ ਨਹੀਂ ਕਰਾਂਗੇ। ਪਰੰਤੂ ਹੁਣ ਕਿਉਂਕਿ ਕੌਮ 'ਤੇ ਕੋਈ ਕੁੰਡਾ ਨਹੀਂ ਹੈ, ਸਭ ਤੋਂ ਵੱਡੀ ਸਮੱਸਿਆ ਤਾਂ ਇਹ ਆ ਗਈ ਕਿ ਅੱਜ ਕੌਮ 'ਤੇ ਕੋਈ ਕੁੰਡਾ ਨਹੀਂ ਹੈ। ਸੋ ਕੋਈ ਘਰ ਹੋਵੇ ਉਹਦਾ ਮੁਖੀ ਨਾ ਹੋਵੇ ਤਾਂ ਉਹ ਘਰ ਬਰਬਾਦ ਹੋ ਜਾਂਦਾ। ਉਸੇ ਤਰ੍ਹਾਂ ਇਹ ਅੱਜ ਇਹ ਸਥਿਤੀ ਆ ਗਈ ਕਿ ਕੌਮ ਆ ਜਿਹੜੀ ਉਹ ਆਗੂ ਵਿਹੀਨ ਕੌਮ ਆ, ਕੁੰਡਾ ਜਿਹੜਾ ਨਹੀਂ ਰਿਹਾ। ਇਸ ਕਰਕੇ ਜੋ ਮੇਰੇ ਮਨ 'ਚ ਆਉਂਦਾ ਮੈਂ ਕਰੀ ਜਾਣਾ, ਜੋ ਤੁਹਾਡੇ ਮਨ 'ਚ ਆਉਂਦਾ ਤੁਸੀਂ ਕਰੀ ਜਾਂਦੇ ਹੋ, ਮਤਲਬ ਕਿਸੇ ਦੀ ਕੋਈ ਸੁਣਨ ਲਈ ਤਿਆਰ ਨਹੀਂ। ਅਸੀਂ ਮਤਲਬ ਅੱਜ ਇਹ ਧਾਰਮਿਕ ਦੀਵਾਨਾਂ ਦੇ ਮਾਮਲੇ 'ਤੇ ਵੀ ਕਿਰਪਾਨਾਂ ਕੱਢ ਕੇ ਖੜੇ ਹਾਂ ਕਿ ਤੇਰਾ ਸਿਰ ਵੱਢ ਦਾਂਗੇ, ਉਹ ਕਹਿੰਦਾ ਮੈਂ ਤੁਹਾਡਾ ਵੱਢ ਦੂੰ। ਸੋ ਇਹ ਜਿਹੜੀ ਇਹ ਸਥਿਤੀ ਪੈਦਾ ਹੋ ਚੁੱਕੀ ਆ, ਭਰਾ ਮਾਰੂ ਜੰਗ ਆ ਜਿਹੜੀ, ਇਹ ਔਰੰਗਜ਼ੇਬ ਦੀ ਪਿਰਤਤਾ ਹੋ ਸਕਦੀ ਆ ਜੀ, ਪਰੰਤੂ ਸਿੱਖਾਂ ਦੀ ਪਿਰਤ ਨਹੀਂ ਇਹ ਹੋ ਸਕਦੀ, ਕਿਉਂਕਿ ਸਿੱਖ ਆ ਖਾਲਸਾ ਪਰਿਵਾਰ ਆ। ਸਾਡਾ ਜਿਹੜਾ ਖਜ਼ਾਨਾ, ਲੜਾਈ ਕਿਹਦੇ ਲਈ ਹੁੰਦੀ ਹੈ, ਖਜ਼ਾਨੇ ਲਈ ਹੁੰਦੀ ਹੈ ਜਾਂ ਵਿਰਾਸਤ ਲਈ ਹੁੰਦੀ ਆ, ਸਾਡਾ ਜਿਹੜਾ ਖਜ਼ਾਨਾ ਉਹ ਗੁਰਬਾਣੀ ਆ। ਸੋ ਨਾ ਤਾਂ ਉਸ ਗੁਰਬਾਣੀ ਨੂੰ ਵੰਡਿਆ ਜਾ ਸਕਦਾ, ਨਾ ਉਹਨੂੰ ਕੋਈ ਚੋਰੀ ਕਰ ਸਕਦਾ, ਨਾ ਕੋਈ ਉਹਨੂੰ ਸੰਨ ਲਾ ਸਕਦਾ, ਫਿਰ ਸਾਡੀ ਲੜਾਈ ਕਿਹੜੀ ਗੱਲ ਦੀ ਆ। ਅਤੇ ਦੂਜੇ ਪਾਸੇ ਅਸੀਂ ਖਾਲਸਾ ਪਰਿਵਾਰ ਆ, ਦਸ਼ਮੇਸ਼ ਪਿਤਾ ਦੇ ਪੁੱਤ ਆ, ਮਾਤਾ ਸਾਹਿਬ ਕੌਰ ਦੇ ਆ ਪੁੱਤ ਧੀਆਂ ਵਾਂ, ਅਨੰਦਪੁਰ ਸਾਹਿਬ ਸਾਡੀ ਸਾਰਿਆਂ ਦੀ ਜਨਮ ਭੂਮੀ ਆ ਅਤੇ ਪੂਰੀ ਦੁਨੀਆ ਸਾਡੀ ਕਰਮ ਭੂਮੀ ਆ। ਸੋ ਇਹ ਸਾਰਾ ਕੁਝ ਹੋਣ ਦੇ ਅਸੀਂ ਖਾਲਸਾ ਪਰਿਵਾਰ ਆ, ਇੱਕ ਦੂਜੇ ਦੇ ਭੈਣ ਭਰਾ ਵਾਂ। ਸੋ ਸਾਡੇ ਵਿੱਚ ਭਰਾ ਮਾਰੂ ਜੰਗ ਦਾ ਸ਼ਬਦ ਆ ਜਿਹੜਾ ਉਹ ਨਹੀਂ ਆਉਣਾ ਚਾਹੀਦਾ, ਨਾ ਉਹ ਆ ਸਕਦਾ। ਇਹ ਔਰੰਗਜ਼ੇਬ ਦੇ ਪਰਿਵਾਰ ਦੀ ਪਿਰਤ ਹੋ ਸਕਦੀ ਆ, ਖਾਲਸਾ ਪਰਿਵਾਰ ਦੀ ਪਿਰਤ ਨਹੀਂ ਹੋ ਸਕਦੀ। ਸੋ ਇਸ ਪਾਸੇ ਕੌਮ ਨੂੰ ਧਿਆਨ ਦੇਣ ਦੀ ਲੋੜ ਆ। ਪਰੰਤੂ ਅੱਜ ਤੱਕ ਪਤਾ ਨਹੀਂ ਕਿਉਂ, ਕੀ ਗੁਰੂ ਮਹਾਰਾਜ ਦੀ ਮਰਜ਼ੀ ਆ, ਤਾਂ ਕੋਈ ਤੀਜੀ ਧਿਰ ਪੈਦਾ ਹੀ ਨਹੀਂ ਹੋਈ ਜਿਹੜੀ ਇਹ ਜਿਹੜੀਆਂ ਇਸ ਤਰ੍ਹਾਂ ਲੜਨ ਵਾਲੀਆਂ ਧਿਰਾਂ ਨੇ ਉਹਨਾਂ ਨੂੰ ਕਹਿ ਸਕੇ ਕਿ ਤੁਸੀਂ ਕੀ ਕਰ ਰਹੇ ਹੋ, ਕਿਉਂ ਕਰ ਰਹੇ ਹੋ। ਉਹਨਾਂ ਨੂੰ ਇਕੱਠਾ ਬਿਠਾ ਕੇ ਜਿਹੜਾ ਗਲਤ ਆ ਉਹਨੂੰ ਗਲਤ ਕਿਹਾ ਜਾਵੇ, ਜਿਹੜਾ ਠੀਕ ਆ ਉਹਨੂੰ ਠੀਕ ਕਿਹਾ ਜਾਵੇ। ਸੋ ਇਹ ਕੌਮ ਦੀ ਇੱਕ ਬੜੀ ਵੱਡੀ ਤਰਾਸ ਦੀ ਸਾਡੇ ਸਾਹਮਣੇ ਆ ਰਹੀ ਆ। ਗੁਰੂ ਕਿਰਪਾ ਕਰੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਤੀਜੀ ਧਿਰ ਇਸ ਤਰ੍ਹਾਂ ਦੀ ਖੜੀ ਹੋਵੇ ਜਿਹੜੀ ਇਸ ਤਰ੍ਹਾਂ ਦੇ ਮਾਹੌਲ ਨੂੰ ਖਤਮ ਕਰਾ ਸਕੇ। ਜੀ ਵੀਰ ਜੀ, ਵੈਸੇ ਤਾਂ ਤੁਸੀਂ ਕਲੀਅਰ ਕਰ ਹੀ ਦਿੱਤਾ, ਪਰ ਫਿਰ ਵੀ ਜਿਹੜੇ ਦੀਵਾਨ ਲਾਉਂਦੇ ਆ ਜਾਂ ਜਿਹੜੇ ਪ੍ਰਚਾਰਕ ਨੇ, ਇੱਕ ਉਹ ਧੜ ਹੈ ਤਾਂ ਦੂਜੀ ਜਿਹੜੀ ਸੰਗਤ ਹੈ, ਇਹ ਮਾਹੌਲ ਕ੍ਰੀਏਟ ਹੋਣ ਦਾ ਵਜ੍ਹਾ ਹੈ ਜਿਹੜੇ ਪ੍ਰਚਾਰਕ ਨੇ ਉਹਨਾਂ ਦੇ ਗਲਤ ਜਾਂ ਕੁਛ ਇੱਦਾਂ ਦੇ ਬਿਆਨ ਨੇ ਜਿਨ੍ਹਾਂ ਕਰਕੇ ਇੱਦਾਂ ਦਾ ਮਾਹੌਲ ਖੜਾ ਹੋ ਰਿਹਾ ਵਾ। ਦੇਖੋ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਿੱਖੀ ਦੇ ਵਿੱਚ ਦੁਨੀਆ ਦਾ ਇੱਕੋ ਇੱਕ ਧਰਮ ਆ ਸਿੱਖ ਧਰਮ, ਜਿਹਦਾ ਲਿਖਤੀ ਸੰਵਿਧਾਨ ਆ
ਜੀ ਉਹਨੂੰ ਅਸੀਂ ਸੰਵਿਧਾਨ ਕਹਿ ਲਈਏ, ਕੌਮ ਦਾ ਕਾਨੂੰਨ ਕਹਿ ਲਈਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਦੋਂ ਸਾਡੇ ਕੋਲ ਲਿਖਤੀ ਸੰਵਿਧਾਨ ਆ, ਲਿਖਤੀ ਸਾਡੀ ਕੌਮ ਕੋਲ ਕਾਨੂੰਨ ਆ, ਫਿਰ ਲੜਾਈ ਝਗੜੇ ਦੀ ਤਾਂ ਮਤਲਬ ਹੀ ਨਹੀਂ। ਉਹ ਉਸ ਸੰਵਿਧਾਨ ਦੇ ਅਨੁਸਾਰ, ਉਸ ਕਾਨੂੰਨ ਦੇ ਅਨੁਸਾਰ ਜਿਹੜਾ ਗਲਤ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਜੀ ਪਰੰਤੂ ਹੁਣ ਗਲਤ ਜੱਜ ਹੈ ਨਹੀਂ, ਜੀ ਜੱਜ ਨਾ ਹੋਣ ਕਾਰਨ ਇਹ ਸਾਰੀ ਸਥਿਤੀ ਆ। ਜੀ ਬਿਲਕੁਲ ਵੀਰ ਜੀ, ਅਗਲੀ ਖਬਰ ਆਪਾਂ ਦਿੱਲੀ ਤੇ ਚੱਲਦੇ ਹਾਂ। ਦਿੱਲੀ ਲੋਕ ਸਭਾ ਦੇ ਵਿੱਚ ਸਿਰਫ 9 ਘੰਟੇ ਆਪਣੀ ਪਾਰਲੀਮੈਂਟ ਦਾ ਸੈਕਸ਼ਨ ਚੱਲਿਆ ਆ, ਅਤੇ ਇਹਦੇ ਵਿੱਚ ਆਮ ਜਨਤਾ ਦੇ ਜਿਹੜੇ 120 ਕਰੋੜ ਰੁਪਏ ਲੱਗੇ ਨੇ, ਜੋ ਕਿ ਹਰ ਇੱਕ ਚੀਜ਼ ਦੇ ਉਹਨਾਂ ਦੀ ਸੈਲਰੀਜ਼ ਆ, ਉਹਨਾਂ ਦੇ ਹੋਰ ਖਰਚੇ ਨੇ, ਇਸ ਘਾਟੇ ਨੂੰ ਨਾ ਤਾਂ ਗੌਰਮੈਂਟ ਮੂਹਰੇ ਲਿਆ ਕੇ ਰੱਖ ਰਹੀ ਹੈ ਅਤੇ ਨਾ ਇੱਕ ਆਮ ਜਿਹੜਾ ਲੀਡਰ ਆ ਉਹ ਇਸ ਚੀਜ਼ ਨੂੰ ਸਮਝ ਰਿਹਾ। ਇਸ ਚੀਜ਼ ਨੂੰ ਤੁਸੀਂ ਕਿਵੇਂ ਲੈਂਦੇ ਹੋ? ਦੇਖੋ, ਜਿਹੜੇ ਅਸੀਂ ਨੁਮਾਇੰਦੇ ਚੁਣਦੇ ਹਾਂ, ਚਾਹੇ ਉਹ ਵਿਧਾਨ ਸਭਾ ਦੇ ਲਈ ਚੁਣਦੇ ਹਾਂ, ਚਾਹੇ ਅਸੀਂ ਲੋਕ ਸਭਾ ਦੇ ਲਈ ਚੁਣਦੇ ਹਾਂ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਵਿਧਾਨ ਪਾਲਿਕਾ। ਜੀ ਜਿਨ੍ਹਾਂ ਦਾ ਕੰਮ ਆ ਕਿ ਉਹਨਾਂ ਨੇ ਦੇਸ਼ ਦੇ ਲਈ ਸੰਵਿਧਾਨ ਘੜਨਾ, ਕਾਨੂੰਨ ਘੜਨਾ, ਉਹ ਕਾਨੂੰਨ ਜੇ ਕੋਈ ਗਲਤ ਮਲਤ ਆ ਉਹ ਸੋਧਾਂ ਕਰਨੀਆਂ, ਮਤਲਬ ਲੋਕਾਂ ਦੀ ਹਰ ਦੁੱਖ ਤਕਲੀਫ ਦਾ ਹੱਲ ਆ ਜਿਹੜਾ ਉੱਥੇ ਹੁੰਦਾ। ਇਸੇ ਕਰਕੇ ਅਸੀਂ ਉਹਨੂੰ ਪਵਿੱਤਰ ਸਦਨ ਵੀ ਕਹਿੰਦੇ ਹਾਂ ਕਿ ਪਵਿੱਤਰ ਜਿਹੜੀ ਜਗ੍ਹਾ ਜਿੱਥੇ ਮਤਲਬ ਲੋਕਾਂ ਦੇ ਦੁੱਖ ਤਕਲੀਫਾਂ ਦਾ ਹੱਲ ਕੱਢਿਆ ਜਾਂਦਾ। ਪਰੰਤੂ ਹੋ ਕੀ ਰਿਹਾ ਕਿ ਸਿਵਾਏ ਉੱਥੇ ਇੱਕ ਦੂਜੇ ਦੀ ਜਿਹੜੀ ਮਤਲਬ ਚੁੰਝ ਚਰਚਾ, ਜਿਹੜੀ ਇੱਕ ਦੂਜੇ ਦੇ ਨਾਲ ਚੁੰਝਾਂ ਲੜਾਉਣ ਵਾਲੀ ਗੱਲ ਆ ਜਿਹੜੀ ਸਿਆਸੀ ਧਿਰਾਂ ਨੇ, ਨਾ ਤਾਂ ਜਿਹੜੇ ਅਸੀਂ ਲੋਕ ਉੱਥੇ ਨੁਮਾਇੰਦੇ ਭੇਜਦੇ ਹਾਂ ਪਾਰਲੀਮੈਂਟ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ, ਨਾ ਤਾਂ ਉਹ ਇੰਨੇ ਯੋਗ ਹੁੰਦੇ ਨੇ, ਅਤੇ ਫਿਰ ਜੇ ਥੋੜ੍ਹੇ ਬਹੁਤੇ ਯੋਗ ਵੀ ਹੁੰਦੇ ਨੇ ਤਾਂ ਨਾ ਉਹ ਇਸ ਗੱਲ ਦੀ ਤਿਆਰੀ ਕਰਦੇ ਨੇ ਕਿ ਕੀ ਅਸੀਂ ਮਤਲਬ ਲੋਕ ਸਭਾ 'ਚ ਅਤੇ ਕੀ ਅਸੀਂ ਵਿਧਾਨ ਸਭਾ 'ਚ ਜਾ ਕੇ ਕਰਨਾ ਵਾ, ਲੋਕਾਂ ਦੇ ਲਈ ਅਸੀਂ ਕੀ ਕਰਨਾ। ਉਹਨਾਂ ਨੇ ਸਿਰਫ ਅਤੇ ਸਿਰਫ ਇੱਕ ਆਪਣਾ ਜਿਹੜਾ ਉਹਨਾਂ ਦਾ ਸਿਆਸੀ ਲਾਇਕ ਦੀ ਗੱਲ ਹੁੰਦੀ ਆ ਕਿ ਵਿਰੋਧੀ ਧਿਰ ਨੇ ਰੌਲਾ ਪਾਉਣਾ ਵਾ, ਜਿਹੜੀ ਸੱਤਾਧਾਰੀ ਧਿਰ ਆ ਉਹਨੇ ਉਹਨਾਂ ਦੀ ਗੱਲ ਨਹੀਂ ਮੰਨਣੀ। ਦੋ ਗੱਲਾਂ 'ਤੇ ਆ ਕੇ ਗੱਲ ਖੜ ਗਈ ਆ ਕਿ ਵਿਰੋਧੀ ਧਿਰ ਦਾ ਕੰਮ ਇਹ ਆ ਕਿ ਰੌਲਾ ਪਾਉਣਾ ਅਤੇ ਵਾਕਆਊਟ ਕਰਨਾ, ਅਤੇ ਜਿਹੜੀ ਸੱਤਾਧਾਰੀ ਧਿਰ ਆ ਉਹਦਾ ਕੰਮ ਇਹ ਆ ਕਿ ਉਹਨਾਂ ਦੀ ਵਿਰੋਧੀ ਧਿਰ ਦੀ ਚਾਹੇ ਉਹ ਗੱਲ ਸੱਚੀ ਆ ਚਾਹੇ ਝੂਠੀ, ਤਾਂ ਖੈਰ ਮੰਨਣੀ ਕੀ ਆ, ਚਾਹੇ ਉਹਨਾਂ ਦੀ ਸੱਚੀ ਗੱਲ 'ਤੇ ਵੀ ਉਹਨਾਂ ਨੇ ਕੰਨ ਨਹੀਂ ਧਰਨੇ, ਨਹੀਂ ਸੁਣਨੀ। ਸੋ ਇਸ ਕਾਰਨ ਜਿਹੜਾ ਮਤਲਬ ਲੋਕ ਸਭਾ ਜਾਂ ਵਿਧਾਨ ਸਭਾਵਾਂ ਦਾ ਜਿਹੜਾ ਉਹ ਸਮਾਂ ਵਾ ਜਿਹੜਾ ਉਹ ਸਾਰਾ ਇਸੇ ਹੀ ਮਤਲਬ ਉਹ ਵਾਕਆਊਟ 'ਚ, ਨਾਅਰੇਬਾਜ਼ੀ 'ਚ, ਜਿਹੜਾ ਇੱਕ ਦੂਜੇ ਨਾਲ ਲੜਨ 'ਚ, ਝਗੜਨ 'ਚ। ਹੁਣ ਜੇ ਵਿਧਾਨ ਸਭਾ ਦੇ ਵਿੱਚ ਇੱਕ ਦੂਜੇ ਦੇ ਮਾਈਕ ਚੱਲਦੇ ਨੇ ਅਤੇ ਉਹਨੂੰ ਆਪਾਂ ਮਤਲਬ ਪਵਿੱਤਰ ਕਿਵੇਂ ਕਹਿ ਸਕਦੇ ਹਾਂ? ਉਹ ਤਾਂ ਇੱਕ ਜਿਵੇਂ ਗਲੀਆਂ 'ਚ ਗੁੰਡੇ ਲੜਦੇ ਨੇ ਇਸੇ ਤਰ੍ਹਾਂ ਦਾ ਹਾਲਾਤ ਪੈਦਾ ਹੋ ਗਏ ਨੇ। ਜਿਹੜਾ ਹੁਣ ਦੂਜਾ ਸਵਾਲ ਤੁਸੀਂ ਖੜਾ ਕੀਤਾ, ਮਤਲਬ ਇਹ ਅੰਕੜੇ ਨੇ ਜਿਹੜੇ ਮਤਲਬ ਪਾਰਲੀਮੈਂਟ ਦੇ ਨੇ ਕਿ ਜੇ ਪਾਰਲੀਮੈਂਟ ਦੀ 1 ਮਿੰਟ ਦੀ ਕਾਰਵਾਈ ਚੱਲਦੀ ਆ ਅਤੇ ਉਹ 'ਤੇ 2.5 ਲੱਖ ਰੁਪਇਆ ਖਰਚ ਹੁੰਦਾ, ਜੀ ਜਿਵੇਂ ਤੁਸੀਂ ਦੱਸਿਆ ਉਹ ਸਾਰਾ ਕੁਛ ਇਹਨੂੰ ਰਲਾ ਮਿਲਾ ਕੇ 1 ਮਿੰਟ ਦੀ ਕਾਰਵਾਈ ਚੱਲਣ ਦੇ ਲਈ ਮਤਲਬ 2.5 ਲੱਖ ਰੁਪਇਆ ਜਿਹੜਾ ਉਹ ਖਰਚ ਹੁੰਦਾ। ਹੁਣ ਇਹ 15 ਦਿਨ ਪਾਰਲੀਮੈਂਟ ਚੱਲਣੀ ਸੀ, ਉਸ ਦੇ ਵਿੱਚ ਚੰਗੇ ਫੈਸਲੇ ਵੀ ਆਉਣੇ ਸੀ ਲੋਕਾਂ ਦੇ, ਕੋਈ ਜਿਵੇਂ ਮੈਂ ਗੱਲ ਕੀਤੀ ਆ ਲੋਕ ਤਕਲੀਫਾਂ ਦੀ ਗੱਲ ਵੀ ਆਉਣੀ ਸੀ, ਪਰੰਤੂ ਉਹ ਸਿਰਫ ਅਤੇ ਸਿਰਫ 15 ਦਿਨਾਂ ਦੇ ਵਿੱਚ ਲੋਕ ਸਭਾ ਸਿਰਫ ਅਤੇ ਸਿਰਫ 9 ਘੰਟੇ ਚੱਲੀ। ਬਿਲਕੁਲ ਜੀ, ਮਤਲਬ 15 ਦਿਨਾਂ 'ਚ ਸਿਰਫ 9 ਘੰਟੇ ਚੱਲੀ ਆ, ਜਿਹਨਾਂ ਅਸੀਂ ਕਹਿ ਸਕਦੇ ਹਾਂ ਕਿ 9 ਘੰਟੇ ਆ ਜਿਹੜੇ ਉਹਦੇ ਉਹ ਸਾਰਥਕ ਆ। ਬਾਕੀ ਜਿਹੜਾ 120 ਕਰੋੜ ਰੁਪਈਆ 15 ਦਿਨਾਂ 'ਚ ਲੋਕ ਸਭਾ ਦੀ ਕਾਰਵਾਈ 'ਤੇ ਖਰਚ ਹੋ ਗਿਆ ਉਹ ਖੂਬ ਖਾਤੇ ਜੀ, ਹੈ ਤਾਂ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਨਾ, ਲੋਕਾਂ ਤੋਂ ਟੈਕਸ ਇਕੱਠਾ ਕਰਕੇ ਪੈਸਾ ਇਕੱਠਾ ਹੋਇਆ। ਸੋ ਇਹ ਮਤਲਬ ਹੈ ਕਿ ਇਹ ਜਿਹੜੇ ਸਾਡੇ ਅਸੀਂ ਨੁਮਾਇੰਦੇ ਚੁਣ ਕੇ ਭੇਜਦੇ ਹਾਂ, ਉਹਨਾਂ ਨੂੰ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੀ ਕੋਈ ਚਿੰਤਾ ਨਹੀਂ, ਉਹਨਾਂ ਨੂੰ ਇਸ ਗੱਲ ਦੀ ਵੀ ਕੋਈ ਚਿੰਤਾ ਨਹੀਂ ਕਿ ਸਾਨੂੰ ਭੇਜਿਆ ਕਿਹੜੀ ਗੱਲ ਲਈ ਆ, ਕਿਸ ਮੰਤਵ ਲਈ ਆ। ਸੋ ਉਹ ਆਪਣੇ ਜਿਹੜੀ ਮੈਂ ਗੱਲ ਕੀਤੀ ਹੈ ਕਿ ਵਿਰੋਧੀ ਧਿਰ ਨੇ ਰੌਲਾ ਪਾਉਣਾ ਅਤੇ ਸੱਤਾਧਾਰੀ ਧਿਰ ਨੇ ਉਹਨਾਂ ਦੀ ਨਹੀਂ ਸੁਣਨੀ, ਇੱਥੇ ਖੜੇ ਨੇ ਜੀ।
ਵੀ ਜੀ ਇਸ ਨੁਕਸਾਨ ਦਾ ਕਿਤੇ ਨਾ ਕਿਤੇ ਆਪਣੇ ਆਮ ਜਨਤਾ ਵੀ ਇਸ ਚੀਜ਼ ਨੂੰ ਨਹੀਂ ਲੈ ਕੇ ਤੁਰਦੀ। ਅਗਰ ਇਹ ਆਮ ਜਨਤਾ ਵੀ ਲੈ ਕੇ ਤੁਰੇ, ਸ਼ਾਇਦ ਅੱਗੇ ਤੋਂ ਗੌਰਮੈਂਟ ਨੂੰ ਵੀ ਹੋ ਜਾਏ ਕਿ ਅਸੀਂ ਇਹ ਨੁਕਸਾਨ ਨਹੀਂ ਕਰਨਾ। ਅਗਲੀ ਖਬਰ ਅੰਨਾ ਹਜ਼ਾਰੇ ਜੀ ਦੀ ਆ, ਉਹਨਾਂ ਨੇ ਫੇਰ ਅੰਦੋਲਨ ਸ਼ੁਰੂ ਕਰਨਾ ਆ, ਤੇ ਇਸ ਅੰਦੋਲਨ ਦੇ ਵਿੱਚ ਆਮ ਜਿਹੜੀ ਜਨਤਾ ਆ ਹੁਣ ਉਹ ਜ਼ਿਆਦਾ ਇੰਟਰਸਟ ਨਹੀਂ ਦਿਖਾ ਰਹੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਆਪਣੇ ਉਹੀ ਆਪਾਂ ਫਿਰ ਗੱਲ ਜਿਹੜੀ ਉਹ ਬਿਲਕੁਲ ਮਤਲਬ ਹਾਂ ਪੰਜਾਬੀ ਦੀ ਕਹਾਵਤ ਆ, ਕਾਠ ਦੀ ਹਾਂਡੀ ਵਾਰ ਵਾਰ ਨਹੀਂ ਛੱਡਦੀ। ਹੁਣ ਅੰਨਾ ਹਜ਼ਾਰੇ ਦਾ ਜਿਹੜਾ ਅੰਦੋਲਨ ਸੀ ਲੋਕਾਂ ਨੇ ਬਹੁਤ ਸਾਥ ਦਿੱਤਾ, ਪਰ ਉਹਦੇ 'ਚੋਂ ਨਿਕਲਿਆ ਕੀ? ਜੀ ਕੇਜਰੀਵਾਲ। ਆਮ ਕੇਜਰੀਵਾਲ ਆਦਮੀ ਤੋਂ ਪਾਰਟੀ। ਕੇਜਰੀਵਾਲ ਤੋਂ ਕੀ ਨਿਕਲਿਆ ਅਸੀਂ ਸਾਰੇ ਜਾਣਦੇ ਹਾਂ। ਜੀ ਬਿਲਕੁਲ। ਸੋ ਇਸ ਕਾਰਨ ਹੁਣ ਜੋ ਜਿਹੜੀ ਹੁਣ ਦੁਆਰਾ ਅੰਨਾ ਹਜ਼ਾਰੇ ਨੇ ਇਹ ਜਿਹੜੀ ਸ਼ੁਰੂ ਕੀਤੀ ਆ ਮੁਹਿੰਮ, ਇੱਕ ਤਾਂ ਇਹ ਆ ਕਿ ਉਹ ਵੋਟਾਂ ਦੇ ਨੇੜੇ ਆ ਕੇ ਕਿਉਂ ਸ਼ੁਰੂ ਕਰਦਾ? ਜੀ ਬਿਲਕੁਲ। ਇਹ ਲੋਕ ਬਹੁਤ ਵੱਡਾ ਸਵਾਲ ਆ ਜਿਹੜਾ ਉਹ ਖੜਾ ਕਰ ਰਹੇ ਨੇ। ਹੁਣ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਉਹਨੇ ਸ਼ੁਰੂ ਕੀਤੀ ਅਤੇ ਅਗਲੇ ਦਿਨ ਉਹ ਬਿਮਾਰ ਹੋ ਗਿਆ, ਅਤੇ ਹੁਣ ਜਿਹੜੀਆਂ ਰਿਪੋਰਟਾਂ ਦੱਸਦੀਆਂ ਨੇ ਕਿ ਸਿਰਫ 229 ਬੰਦੇ ਸੀ ਜਿਹੜੇ ਉਹਦੇ ਸਾਹਮਣੇ ਬੈਠੇ ਸੀ, ਜਿੱਥੇ ਅੱਗੇ ਲੱਖਾਂ ਦਾ ਇਕੱਠ ਹੁੰਦਾ ਸੀ, ਅਤੇ ਅੱਜ ਦੀ ਤਰੀਕ 229 ਬੰਦੇ ਆ ਜਿਹੜੇ ਉਹਦੇ ਅੱਗੇ ਬੈਠੇ ਆ। ਲੋਕਾਂ ਦਾ ਹੰਗਾਰਾ ਜਿਹੜਾ ਲੋਕ ਸਮਝਦੇ ਨੇ, ਹੁਣ ਜਿਹੜੇ ਆਗੂ ਲੋਕਾਂ ਨੂੰ ਬੇਵਕੂਫ ਮੰਨਦੇ ਨੇ, ਭੇਡਾਂ ਬੱਕਰੀਆਂ ਮੰਨਦੇ ਨੇ, ਮੈਂ ਸਮਝਦਾ ਕਿ ਆਹ ਜਿਹੜਾ ਅੰਨਾ ਹਜ਼ਾਰੇ ਦੇ ਨਾਲ ਹੋ ਰਿਹਾ ਇਹ ਉਹਨਾਂ ਲਈ ਇੱਕ ਬਹੁਤ ਵੱਡਾ ਸਬਕ ਹੋਣਾ ਚਾਹੀਦਾ ਇਸ ਸਬਕ ਤੋਂ ਸਾਰੇ ਆਗੂਆਂ ਨੂੰ, ਕਿ ਲੋਕਾਂ ਨੂੰ ਮਤਲਬ ਬੇਵਕੂਫ ਨਹੀਂ ਬਹੁਤਾ ਸਮਾਂ ਬਣਾਇਆ ਜਾ ਸਕਦਾ, ਉਹਨਾਂ ਨੂੰ ਭੇਡਾਂ ਬੱਕਰੀਆਂ ਨਹੀਂ ਸਮਝਿਆ ਜਾ ਸਕਦਾ। ਇਹ ਇੱਕ ਬਹੁਤ ਵੱਡਾ ਸਬਕ ਆ ਜਿਹੜਾ ਸਿਆਸਤਦਾਨਾਂ ਲਈ ਇਸ ਅੰਨਾ ਹਜ਼ਾਰੇ ਦਾ ਜਿਹੜਾ ਇਸ ਦੌਰ ਦਾ ਪ੍ਰੋਗਰਾਮ ਆ ਜਿਹੜਾ ਉਹ ਲੋਕ ਉਹਨੂੰ ਹਾਂ ਪੱਖੀ ਹੁੰਗਾਰਾ ਨਹੀਂ ਦੇ ਰਹੇ, ਉਹ ਇਹ ਵੱਡਾ ਸਬਕ ਇੱਥੋਂ ਆ ਰਿਹਾ। ਜੀ ਵੀਰ ਜੀ, ਅਗਲੀ ਖਬਰ ਜਿਹੜੀ ਹੈਗੀ ਹੈ ਉਹ ਚੀਫ ਖਾਲਸਾ ਦੀਵਾਨ ਦੀ ਚੋਣ ਤੋਂ ਹੈ ਕਿ ਜਿਹੜੇ ਰਾਜਵਿੰਦਰ ਸਿੰਘ ਮਜੀਠੀਆ ਸੀਗੇ ਉਹਨਾਂ ਦੀ ਹਾਰ ਹੈ, ਅਤੇ ਉਸਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਬੀਬਾ, ਮੈਂ ਤਾਂ ਮਤਲਬ ਨਿੱਜੀ ਰੂਪ ਦੇ ਵਿੱਚ ਇਹ ਸਮਝਦਾ ਕਿ ਬਾਦਲਾਂ ਦੀ ਤੀਜੀ ਹਾਰ ਆਏ ਜੀ। ਪਹਿਲਾਂ ਵਿਧਾਨ ਸਭਾ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਤੀਜੀ ਧਿਰ 'ਚ ਸੁੱਟ ਦਿੱਤਾ ਚੱਕ ਕੇ, ਫਿਰ ਉਹ ਤੋਂ ਬਾਅਦ ਜਿਹੜੀਆਂ ਮਤਲਬ ਸਥਾਨਕ ਸਰਕਾਰਾਂ ਦੀਆਂ ਚੋਣਾਂ ਆਈਆਂ, ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤਾਂ, ਭਾਵੇਂ ਕਿ ਅਸੀਂ ਕੱਲ ਉਹ ਵੀ ਕਰਦੇ ਹਾਂ ਕਿ ਸਰਕਾਰ ਦਾ ਧੱਕਾ ਉਹਦੇ ਵਿੱਚ ਹੁੰਦਾ, ਪਰੰਤੂ ਉੱਥੇ ਵੀ ਮਤਲਬ ਫੱਟੀ ਪੁੱਜੀ ਗਈ ਪੂਰੀ ਤਰ੍ਹਾਂ। ਅਤੇ ਤੀਜੀ ਇਹ ਆ ਚੀਫ ਖਾਲਸਾ ਦੀਵਾਨ, ਇੱਕ ਬਹੁਤ ਵੱਡੀ ਸੰਸਥਾ ਸਿੱਖਾਂ ਦੀ, ਸੋ ਚੀਫ ਖਾਲਸਾ ਦੀਵਾਨ 'ਤੇ ਕਬਜ਼ਾ ਕਰਨ ਦੇ ਲਈ ਇਹਨਾਂ ਨੇ ਰਾਜ ਮਹਿੰਦਰ ਸਿੰਘ ਮਜੀਠੀਆ ਜਿਹੜਾ ਇਹਨਾਂ ਦਾ ਸਾਬਕਾ ਐਮ ਪੀ ਵੀ ਆ, ਉਹ ਮਜੀਠੀਆ ਪਰਿਵਾਰ 'ਚੋਂ ਵੀ ਆ, ਸੋ ਉਸ ਰਾਜ ਮਹਿੰਦਰ ਸਿੰਘ ਮਜੀਠੀਆ ਨੂੰ ਸਾਹਮਣੇ ਲਿਆਂਦਾ ਸੀ, ਅਤੇ ਮਜੀਠੀਏ ਬਿਕਰਮ ਮਜੀਠੀਏ ਨੇ ਅਤੇ ਬਾਦਲ ਪਰਿਵਾਰ ਨੇ ਟਿੱਲ ਦਾ ਜ਼ੋਰ ਲਾਇਆ ਕਿ ਇਸ ਰਾਜ ਮਹਿੰਦਰ ਮਜੀਠੀਏ ਨੂੰ ਜਿਤਾ ਕੇ ਚੀਫ ਖਾਲਸਾ ਦੀਵਾਨ ਵਰਗੀ ਜਿਹੜੀ ਸਿੱਖ ਸੰਸਥਾ, ਬੌਧਿਕ ਸਿੱਖ ਸੰਸਥਾ, ਉਹਦੇ 'ਤੇ ਕਬਜ਼ਾ ਕਰ ਲਿਆ ਜਾਵੇ। ਪਰੰਤੂ ਇੱਥੇ ਵੀ ਮਤਲਬ ਚਾਹੇ ਉਹਦੇ ਮੈਂਬਰ ਨੇ, ਪਰ ਚੀਫ ਖਾਲਸਾ ਦੀਵਾਨ ਦੇ ਜਿਹੜੇ ਮੈਂਬਰ ਨੇ ਅਸੀਂ ਸਮਝ ਸਕਦੇ ਹਾਂ ਕਿ ਉਹ ਜਾਗਰੂਕ ਨੇ ਜੀ। ਸੋ ਉਹਨਾਂ ਨੇ ਬਾਦਲਾਂ ਨੂੰ ਪ੍ਰਵਾਨ ਨਹੀਂ ਕੀਤਾ, ਬਾਦਲਾਂ ਦਾ ਜਿਹੜਾ ਮਤਲਬ ਕੈਂਡੀਡੇਟ ਸੀ ਉਹਨੂੰ 142 ਵੋਟਾਂ ਹੀ ਮਿਲੀਆਂ ਰਾਜ ਮਹਿੰਦਰ ਸਿੰਘ ਮਜੀਠੀਏ ਨੂੰ, ਅਤੇ ਜਿਹੜਾ ਡਾਕਟਰ ਸੰਤੋਖ ਸਿੰਘ ਸੀ ਉਹ 152 ਵੋਟਾਂ ਦੇ ਨਾਲ ਜੇਤੂ ਰਿਹਾ। ਸੋ ਇਹ ਬਾਦਲਾਂ ਦੀ ਇੱਕ ਬੜੀ ਕਰਾਰੀ ਤੀਜੀ ਹਾਰ ਮੈਂ ਮੰਨਦਾ, ਕਿ ਇੱਕ ਪਾਸੇ ਅਸੀਂ ਇਸ ਗੱਲ ਨੂੰ ਪ੍ਰਵਾਨ ਕਰ ਲਈਏ ਕਿ ਬਾਦਲਾਂ ਦੀ ਜਿਹੜੀ ਪੁੱਠੀ ਗਿਣਤੀ ਆ ਉਹ ਤਾਂ ਸ਼ੁਰੂ ਹੋਈ ਹੋਈ ਆ, ਜੇ ਦੂਜੇ ਪਾਸੇ ਜਿਹੜੀ ਤੀਜੀ ਧਿਰ ਆ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਜਿਹੜੀ ਲੋਕ ਪੱਖੀ ਧਿਰ ਆ, ਜਿਹੜੀ ਪੰਥ ਪੱਖੀ ਧਿਰ ਆ, ਜਿਹੜੀ ਪੰਜਾਬ ਪੱਖੀ ਧਿਰ ਆ, ਜੇ ਕੋਈ ਤੀਜੀ ਧਿਰ ਖੜੀ ਹੋ ਜਾਂਦੀ ਆ ਤਾਂ ਪੰਜਾਬ ਦਾ ਮਾਹੌਲ ਆ ਜਿਹੜਾ ਉਹ ਬਦਲ ਸਕਦਾ, ਇਹ ਮਤਲਬ ਇਸ ਗੱਲ ਦਾ ਸੰਕੇਤ ਆ। ਵੀਰ ਜੀ, ਫਿਰ ਤਾਂ ਆਪਾਂ ਇਸੇ ਉਮੀਦ ਨਾਲ ਪ੍ਰੋਗਰਾਮ ਆਪਣਾ ਸਮਾਪਤ ਕਰ ਲੈਂਦੇ ਹਾਂ ਕਿ ਸ਼ਾਇਦ ਆਪਣੇ ਸਿੱਖ ਇਤਿਹਾਸ ਦੇ ਵਿੱਚ ਜਾਂ ਸਿੱਖ ਯੂਥ ਦੇ ਵਿੱਚ ਕੁਛ ਵਧੀਆ ਉਪਰਾਲੇ ਹੋਣ।
ਇਹ ਸੀ ਅੱਜ ਦੀਆਂ ਕੁਝ ਖਾਸ ਖਬਰਾਂ, ਕੱਲ ਫੇਰ ਨਵੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਜਦ ਤੱਕ ਦੋ ਸਾਨੂੰ ਆਗਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।